ਮੈਂ ਉਹ ਗਿਆ ਮੈਨੂੰ ਮੈਂ ਕਿਹਾ ਢੀਨੋ ਸਾਹਿਬ ਮੈਂ ਇਸ ਤਰ੍ਹਾਂ ਬੱਟਾਂ ਤੇ ਝੋਨਾ ਲਾਇਆ ਮੇਰਾ ਬਹੁਤ 2069 ਦਾ ਮੇਰੇ ਵਾਕਫ ਨੇ ਅਸੀਂ ਇਕੱਠੇ ਖਾਤਕਾ ਕਰ ਜਾ ਬਸਰ ਵਟਦੇ ਰਹੇ ਵੀ ਮੈਂ ਬੱਟਾਂ ਤੇ ਝੋਨਾ ਲਾਇਆ ਤੇ ਬੈਡ ਸੀਡਿੰਗ ਕੀਤੀ ਤੁਸੀਂ ਦੇਖਣਾਓ ਕਹਿੰਦਾ ਯਾਰ ਤੇਰੇ ਜਮਾਤੀ ਦੇ ਮੰंदे ਨਹੀਂ ਕਿ ਕਹਿੰਦਾ ਉਹ ਕਹਿੰਦੇ ਵੀ ਹੋ ਨਹੀਂ ਸਕਦਾ ਮੈਂ ਕਿਹਾ ਦੇਖਣ ਤੇ ਆਓ ਜੇ ਉਹ ਦੇਖਣਾ ਆ ਜਾਂਦਾ ਉਹਨੂੰ ਇੱਕ ਮੇਰਾ ਜਮਾਤੀ ਸੀ ਇਹ ਕਹਿੰਦਾ ਵੀ ਦਲੇਰ ਸਿੰਘ ਕੋਲੇ ਮੈਂਥੇ ਦੇ ਪਲਾਂਟ ਨੇ ਇਹਦੇ ਕੋਲ ਮੈਂਥੇ ਦੀ ਬੇਸ ਜਿਹੜੇ ਪੱਤੇ ਬੜੇ ਨੇ ਇਹਨਾਂ ਦੀ ਜ਼ਮੀਨ 'ਚ ਇੰਨੇ ਪੱਤੇ ਨੇ ਕਿ ਉੱਥੇ ਸਭ ਕੁਝ ਹੋ ਸਕਦਾ ਪੰਜਾਬ ਦੀ ਆਮ ਜ਼ਮੀਨ ਦੇ ਵਿੱਚ ਕਦੂ ਕੀਤੇ ਵਗਾਰ ਝੋਨਾ ਹੋ ਨਹੀਂ ਸਕਦਾ ਇਹਨੂੰ ਗਲਤ ਪੜਾਇਆ ਗਿਆ ਔਰ ਉਸ ਗੱਲ ਉਹ ਗਲਤ ਪੜਾਈ 'ਚ ਇਹਨੇ ਦੇਖਣ ਹੀ ਨਹੀਂ ਆਇਆ ਦੇਖਣਾ ਆ ਜਾਂਦਾ ਸ਼ਾਇਦ ਮੇਰੇ ਖਿਆਲ ਉਸ ਵੇਲੇ ਰეკਮੈਂਡ ਕਰ ਦਿੰਦੇ ਮਾਨ ਨੇ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੇ ਜਿੰਨਾਂ ਜੋ ਪੰਨੂ ਸਾਹਿਬ ਵੀ ਨੇ ਉਹ ਤੁਹਾਡੇ ਕੋਲ ਵਿਜ਼ਿਟ ਅਕਸਰ ਕਰਦੇ ਰਹਿੰਦੇ ਨੇ ਤੁਹਾਨੂੰ ਮਿਲੇ ਨੇ ਹਾਂਜੀ ਤੁਹਾਨੂੰ ਯੂਨੀਵਰਸਿਟੀ ਜਾਂ ਇਹਨਾਂ ਵੱਲੋਂ ਸਹਿਯੋਗ ਕਿੰਨਾ ਕੁ ਮਿਲਿਆ ਤੁਹਾਨੂੰ ਕਿੰਨਾ ਕੁ ਲੱਗਦੀ ਉਮੀਦ ਦੇਖੋ ਜੀ ਯੂਨੀਵਰਸਿਟੀ ਵੱਲੋਂ ਤਾਂ ਬਿਲਕੁਲ ਸਹਿਯੋਗ ਨਹੀਂ ਮਿਲਿਆ ਯੂਨੀਵਰਸਿਟੀ ਤੋਂ ਕੁਝ ਜਿਹੜੇ 5-7 ਬੰਦੇ ਸੀਗੇ ਸ਼ਰਾਰਤੀ ਅਨਸਰ ਉਹਨਾਂ ਦਾ ਮੈਂ ਨਾਮ ਵੀ ਲੈ ਦਨਾ ਪਹਿਲੇ ਡਾਇਰੈਕਟਰ ਰਿਸਰਚ ਮਿਸਟਰ ਬਾਜਵਾ 2003 ਦਾ ਰਿਟਾਇਰ ਹੋਇਆ ਸੀ ਉਹ ਸਾਇੰਸਿਸਟ ਸੀ ਉਹਨੇ ਡਟ ਕੇ ਮੁਖਾਲਫਤ ਕੀਤੀ ਐ ਇਸੇ ਨਾਲ ਇਸ ਵੇਲੇ ਜਿਹੜਾ ਪ੍ਰੈਜ਼ੀਡੈਂਟ ਡੀਨ ਕਾਲਜ ਕਾਲਜ ਆਫ ਐਗਰੀਕਲਚਰ ਹੈ ਉਹਨੇ 2017 ਜਦੋਂ ਮੈਂ ਇਹ ਦੇ ਬਾਰੇ ਦੱਸ ਰਿਹਾ ਸੀ ਤੋਂ ਨੇ ਮੈਨੂੰ ਫੇਸਬੁੱਕ 'ਚ ਪਾਇਆ ਨੋਟੀਫਿਕੇਸ਼ਨ ਪਾਇਆ ਵੀ ਗਰੀਬ ਕਿਸਾਨਾਂ ਨੂੰ ਗੁੰਮਰਾਹ ਨਾ ਕਰੋ ਛਾਲੇ ਸਾਇੰਸਦਾਨਾਂ ਨੂੰ ਗੁੰਮਰਾਹ ਨਾ ਕਰੋ ਅਸੀਂ 10 ਸਾਲ ਪਹਿਲੇ ਇਸ ਟੈਕਨੋਲੋਜੀ ਨੂੰ ਫੇਲ ਕਰ ਚੁੱਕੇ ਹਾਂ ਕੰਦੂ ਕੀਤੇ ਗਰ ਚ ਉਹ ਨਾ ਹੋ ਹੀ ਨਹੀਂ ਸਕਦਾ ਇਹ ਉਹਨੇ ਮੈਨੂੰ ਫੇਸਬੁੱਕ ਪਾਇਆ ਜਿਹੜਾ ਕਿ ਮੈਂ ਉਹਨੂੰ ਜਵਾਬ ਦਿੱਤਾ ਉਹ ਮੇਰੇ ਕੋਲ ਹੈ ਰੋਟੀ ਨੋਟੀਫਿਕੇਸ਼ਨ ਮੇਰੇ ਕੈਮਰੇ 'ਚ ਕੈਦ ਹੈ ਟੈਲੀਫੋਨ ਤੇ ਕੈਮਰੇ 'ਚ ਹੈ ਜਿਹੜੀ ਕਿ ਮੈਂ ਬੀਸੀ ਨੂੰ ਵੀ ਭੇਜੀ ਸੀ ਬਦਮਸ਼ੀਰੀ ਬਲਦੇਵ ਸਿੰਘ ਨੂੰ ਉਹਨੇ ਮੈਨੂੰ ਕਿਹਾ ਮੇਰੇ ਕੋਲ ਤੇਨਾਂ ਸਿਆਣੇ ਬੰਦੇ ਨੇ ਮੈਨੂੰ ਅੱਗੇ ਮੈਸੇਜ ਨਾ ਪਈ ਜਾਦਾ ਅੱਛਾ ਇੱਕ ਜਿਵੇਂ ਤੁਸੀਂ ਦੱਸਿਆ ਵੀ ਉਹ ਕਹਿ ਰਹੇ ਨੇ ਕਿ ਅਸੀਂ ਇਹ ਜਿਹੜਾ ਟ੍ਰਾਇਲ ਕੀਤਾ ਸੀ ਜਿਹੜਾ ਕਿ ਕਾਮਯਾਬ ਨਹੀਂ ਹੋਇਆ ਇਹ ਵੱਟਾਂ ਵਾਲਾ ਤੇ ਉਹਨਾਂ ਨੇ ਕਿਹੜੇ ਸਾਲ ਦੇ ਵਿੱਚ ਕਰ ਰਹੇ ਜਿਵੇਂ ਤੁਸੀਂ ਦੱਸ ਰਹੇ 1995 ਤੋਂ ਤੁਸੀਂ ਕਾਰਜ ਲੱਗੇ ਹੋਏ ਨੇ ਨਹੀਂ ਨਹੀਂ ਉਹਨਾਂ ਦੇ ਟ੍ਰਾਇਲ ਕਾਮਯਾਬ ਹੋਏ ਨੇ ਉਹਨਾਂ ਦੇ ਟ੍ਰਾਇਲ ਜਿਹੜੇ ਐਗਰੋ ਮੈਟਰੋਲੋਜੀ ਵਾਲੇ ਨੇ ਕੀਤੇ ਆ 2004 2005 ਚ ਕੀਤੇ ਆ 2006 ਚ ਉਹਨਾਂ ਨੇ ਇੰਟਰਨੈਸ਼ਨਲ ਵਰਕਸ਼ਾਪ ਔਨ ਵਾਟਰ ਸੇਵਿੰਗ ਪੈਡੀ ਤੇ ਕੀਤੀ ਸੀ ਕਲਾਨੰਪੁਰ ਮਲੇਸ਼ੀਆ ਦੇ ਵਿੱਚ ਬੇਸ਼ ਕੀਤਾ ਜਿਹਦੇ ਵਿੱਚ ਉਹਨਾਂ 16% ਝਾੜ ਵਾ ਦਿਖਾਇਆ ਐਗਰੋ ਮੈਟਰੋਲੋਜੀ ਵਾਲੇ ਨੇ 25% ਬਾਉਂਡਰ ਦੀ ਸੀਵਿੰਗ ਦਿਖਾਈ ਹੈ ਲੇਕਿਨ ਜਿਹੜਾ ਇਹਨਾਂ ਦਾ ਸੋਇਲ ਦਾ ਵਿਭਾਗ ਸੀ ਉਹ ਇਸ ਗੱਲ ਦੇ ਨਾਲ ਨਹੀਂ ਸੀ ਮੰਦੇ ਉਹ ਕਹਿੰਦੇ ਸੀ ਕਿ ਉਹਨਾ ਜਮੀਨ ਤੋਂ ਆਇਰਨ ਲੋਹਾ ਲੈ ਹੀ ਨਹੀਂ ਸਕਦਾ ਜਦ ਤੱਕ ਅਸੀਂ ਕੱਦੂ ਨਾ ਕਰੀਏ ਉਹਨਾਂ ਨੇ ਅੰਗਰੇਜ਼ੀ ਚ ਕਹਿੰਦੇ ਆ ਪੈਡੀ ਕੈਨ ਨਾ ਟੇਕ ਆਇਰਨ ਫਰੋਮ ਦੀ ਸੋਇਲ ਵਿਦਆਉਟ ਰਿਡਿਊਸਡ ਕੰਡੀਸ਼ਨ ਉਹ ਏਸੇ ਗੱਲ ਤੇ ਅੜ ਰਹੇ ਉਹਨਾਂ ਨੇ ਇਸ ਨੂੰ ਮਿੱਟੀ ਪਾਈ ਨੂੰ ਰეკਮੈਂਡ ਹੀ ਨਹੀਂ ਕੀਤਾ ਜਦ ਕੇ 16% ਝਾੜ ਵਧ ਮੈਂ ਤੁਹਾਨੂੰ ਉਹਦੀਆਂ ਰਿਕਮੈਂਡੇਸ਼ਨ ਉਹਨਾਂ ਦੀ ਜਿਹੜੀ Google ਦੇ ਵਿੱਚ ਝਾਕ ਮਾਰ ਲਿਓ ਇਹਨਾਂ ਦੀ ਜੋ 2007 ਚ ਕਲਾ ਲੰਪੁਰ ਮਲੇਸ਼ੀਆ 'ਚ ਪੇਸ਼ ਕੀਤੀ ਸੀ ਤਾਂ ਹੀ ਐਗਰੋ ਮੈਟਰੋਲੋਜੀ ਵਾਲੇ ਨੇ 16% ਝਾੜ ਵਧ ਦੇ ਰਿਹਾਤ ਸੀਗਾ ਇਹ 11 ਪੇਜ ਦੀ ਉਹਨਾਂ ਨੇ ਉਸ ਵਰਕਸ਼ਾਪ ਦੇ ਵਿੱਚ ਇਹ ਪੇਪਰ ਪੇਸ਼ ਕੀਤਾ ਜਿਵੇਂ ਤੁਸੀਂ ਦੱਸਿਆ ਵੀ ਉਹਨਾਂ ਨੇ ਤਰਕ ਦਿੱਤਾ ਵੀ ਜਿਹੜੀ ਲੋਹੇ ਵਗੈਰਾ ਦੀ ਘਾਟ ਆ ਜਾਂਦੀ ਹੈ ਜੇ ਆਪਾਂ ਕਦੋਂ ਨਾ ਕਰੀਏ ਹਾਂਜੀ ਤਾਂ ਜਿਹੜੇ ਕੁਦਰਤੀ ਤੌਰ ਤੇ ਜਿਹੜੇ ਫਲ ਫੁੱਲ ਬੂਟੇ ਨੇ ਚਾਹੇ ਉਹ ਰੇਲਵੇ ਲਾਈਨਾਂ ਦੇ ਨੇੜੇ ਹੋਣ ਚਾਹੇ ਉਹ ਝਾੜ ਥਾਂਾਂ ਤੇ ਹੋਣ ਫਿਰ ਉਹਨਾਂ ਦੀ ਲੋਹੇ ਦੀ ਕਮੀ ਕਿਸ ਤਰ੍ਹਾਂ ਪੂਰੀ ਨਾ ਝੋਨਾ ਜਿਹੜਾ ਹੈ ਨਾ ਝੋਨਾ ਇਹਦੇ ਚ ਗੋਨਾ ਵੀ ਖੜੇਪਣ ਦੇ ਅਨੁਸਾਰ ਲੈਂਦਾ ਇਹ ਦਰਦਰਜ ਵੀ ਹੋ ਜਾਂਦਾ ਤੇ ਪਲੇਨ ਚ ਵੀ ਹੋ ਜਾਂਦਾ ਇਹ ਨੇਚਰਲ ਪਹਿਲੇ ਜਿਹੜਾ ਲੋਕਾਂ ਨੇ ਸਪੋਰਟ ਕੀਤਾ ਸੀ ਨੇ ਕੁਦਰਤ ਨੇ ਨੇਚਰ ਨੇ ਕੋਈ ਜਿਹੜੀ ਗ੍ਰੇਨ ਵਾਲੀ ਫਸਲ ਹੈ ਜਿਹੜੀ ਪਾਣੀ ਨੂੰ ਨਹੀਂ ਖੜੇ ਪਾਣੀ ਨੂੰ ਸਹ ਨਹੀਂ ਸਕਦੀ ਇੱਕ ਇੱਕ ਝੋਨਾ ਸੀ ਜਿਹੜਾ ਕਿ ਖੜੇ ਪਾਣੀ ਦੇ ਵਿੱਚ ਇਹ ਨੇਚਰਲੀ ਹੋਇਆ ਸਾਡੇ ਸਾਇੰਸਦਾਰਾਂ ਨੇ ਉਹਦੀ ਇਹਨੂੰ ਲੋੜ ਸਮਝ ਕੇ ਉਹ ਚੰਗੀ ਖੇਤੀ ਚੰਗੀ ਜ਼ਮੀਨ ਨੂੰ ਦਲਦਲ ਕਰਨਾ ਸ਼ੁਰੂ ਕਰਤਾ ਜਿਹਨਾਂ ਉਹਨਾਂ ਨੇ ਜਿਹੜੇ ਜ਼ਮੀਨ ਦੇ ਮਿੱਤਰ ਗੰਡੋਏ ਸੀ ਅੱਜ ਤੋਂ ਵਿਰਖ ਸਾਹਿਬ ਤੁਸੀਂ 30 40 ਸਾਲ ਪਹਿਲੇ ਚੱਲ ਜਦੋਂ ਇੰਨਾ ਝੋਨਾ ਨਹੀਂ ਸੀ ਲੱਗਦਾ بارشਾਂ ਪੈਂਦੇ ਸੀ ਤੇ ਤੁਹਾਡੇ ਘਰਾਂ 'ਚ ਗੰਡੋਏ ਆ ਜਾਂਦੇ ਸੀ ਠੀਕ ਹੈ ਨਾ ਜੀ ਉਹੀ ਗੰਡੋਏ ਜਿਹੜੇ ਨੇ ਅਸੀਂ ਇਹਨਾਂ ਦਾ ਸਾਹ ਕੁੱਟ ਕੇ ਕੱਦੂ ਕਰਕੇ ਮਾਰਤਾ ਉਹ ਦਲਦਲ ਜਿਹੜੇ ਹੁੰਦੇ ਉਹ ਇਹ 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 ਇਹਦੇ ਝੋਨਾ ਇਹਦੇ ਗੋਨਾ ਇਹ ਦਲਦਲ ਚ ਵੀ ਹੋ ਜਾਂਦਾ ਯਾਨੀ ਜਿਹਦੇ ਵਿੱਚ ਹਵਾ ਮੁਕਤ ਵੀ ਹਵਾ ਮੁਕਤ ਵੀ ਹੋ ਜਾਂਦਾ ਤੇ ਹਵਾ ਯੁਕਤ ਵੀ ਹੋ ਜਾਂਦਾ ਤੇ ਉਹ ਸਾਡੇ ਸਾਇੰਸਦਾਨਾਂ ਨੇ ਇਹਨੂੰ ਹਵਾ ਮੁਕਤ ਕਰਕੇ ਬੀਜਣਾ ਸ਼ੁਰੂ ਕਰ ਦਿੱਤਾ ਦਲਦਲ ਕਰਕੇ ਹਵਾ ਜਿਹੜੀ ਹੈ ਉਹ ਖੜਾ ਪਾਣੀ ਕਰਕੇ ਕੱਦੂ ਕਰਕੇ ਕੱਢੀ ਜਾਂਦੀ ਹੈ ਜਦੋਂ ਜ਼ਮੀਨ 'ਚ ਅਸੀਂ ਹਵਾ ਕਰ ਦਿੱਤੀ ਉਸ ਤੋਂ ਬਾਅਦ ਜਦੋਂ ਫੋਟੋਸਿੰਥੈਸਿਸ ਹੋਣੀ ਆ ਤਾਂ ਤੁਹਾਨੂੰ ਮੀਥੇਨ ਹੀ ਪੈਦਾ ਹੋਣੀ ਨਾ ਉਹ ਮੀਥੇਨ ਜਿਹੜੀ ਹੈਗੀ ਆ ਉਹ ਨਜ਼ਰ ਨਹੀਂ ਆਉਂਦੀ ਜੇ ਨਜ਼ਰ ਆਉਂਦੀ ਤਾਂ ਉਹਦੇ ਖਿਲਾਫ ਵੀ ਬੜਾ ਰੌਲਾ ਪੈਣਾ ਸੀ ਇਹ ਤਾਂ ਕੁਦਰਤੀ ਮਤਲਬ ਜੇ ਮੈਂ ਦੇਖ ਲਿਆ ਮੇਰੀ ਆਪਣੀ ਪਰਸਨਲ ਸਟੱਡੀ ਸੀ ਸਰਵਿਸ ਕਰਦਾ ਸੀ ਐਗਰੀਕਲਚਰ ਡਿਪਾਰਟਮੈਂਟ ਮੈਂ ਜਦੋਂ ਵੇਖਦਾ ਸੀ ਵੀ ਝੋਨਾ ਤਾਂ ਸਾਡੀ ਫਸਲ ਦੇ ਵਿੱਚ ਮੈਂਥੇ ਦੇ ਵਿੱਚ ਇਹਦੇ ਵੀਡ ਹੋ ਜਾਂਦਾ ਪਿਛਲਾ ਕਿਰਿਆ ਉਸ ਤੋਂ ਫਿਰ ਮੈਂ ਸਿੱਧੀ ਬਿਜਾਈ ਤੇ ਬਟਾ ਵਾਲਾ ਝੋਨਾ ਕੱਢਿਆ ਸਿੱਧੀ ਬਿਜਾਈ ਬੈਂਟਸ ਤੇ ਵੀ ਮੈਂ ਕਰਕੇ ਦਿਖਾਈ ਸੀ ਅੱਜ ਜੇ ਸਿੱਧੀ ਬਿਜਾਈ ਪੀਏਯੂ ਨੇ 2002 ਚ ਪੈਰਾਵਾਇਜ਼ ਰਿਜੈਕਟ ਕੀਤੀ ਹੈ 2007 ਚ ਮੰਨ ਕੇ 2010 ਚ ਜਿਹੜੀ ਇਹਨਾਂ ਨੇ ਰეკਮੈਂਡ ਕਰ ਦਿੱਤੀ ਹੈ ਸਿੱਧੀ ਬਿਜਾਈ ਪਰ ਸਿੱਧੀ ਬਿਜਾਈ ਬੈਂਟਸ ਦੀ ਥਾਂ ਦੇ ਪੱਧਰ ਕੀਤੀ ਹੈ ਜੇ ਸਿੱਧੀ ਬਿਜਾਈ ਬੈਂਟ ਰੇਕਮੈਂਡ ਹੋਈ ਹੁੰਦੀ ਅੱਜ ਧੋਨਾ ਕੱਦੂ ਕਰਕੇ ਲੱਗਣਾ ਹੀ ਨਹੀਂ ਸੀ ਕਿਉਂਕਿ ਸਿੱਧੀ ਬੈਡਸ ਤੇ ਕਰਨ ਨਾਲ ਵੀਡ ਕੰਟਰੋਲ ਕਰਨੇ ਬੜੇ ਸੌਖੇ ਨੇ ਕਿਉਂਕਿ ਜਦੋਂ ਅਸੀਂ ਬੈਡਸ ਤੇ ਬੀਜਦੇ ਆ ਨਵਾਂ ਬੈਡ ਬਲੈਂਡਰ ਬਣਾਇਆ ਸੀ ਜਿਹੜਾ 3 ਇੰਚ ਦਾ ਬੈਡ ਬਣਾਉਂਦਾ ਚਾਰ ਲਾਈਨਾਂ ਉਹਦੇ ਲੱਗਦੀਆਂ 8 ਕਿਲੋ ਸੀ ਬੀ 8 8 ਇੰਚ ਤੇ 8 ਕਿਲੋ ਸੀ ਬੀ ਪਾਉਨੇ ਆ ਨਾਲ ਦੀ ਨਾਲ ਅਸੀਂ ਇਹ 3 ਇੰਚ ਦੀ ਖਾੜ ਬਣਦੀ ਹੈ 18 ਇੰਚ ਦਾ ਨਾ 3 ਇੰਚ ਦਾ ਬੈਡ ਬਣਦਾ 18 ਇੰਚ ਦੀ ਖਾੜ ਬਣਦੀ ਹੈ ਜਦੋਂ 18 ਇੰਚ ਖਾੜ ਤੇ ਅਸੀਂ ਪਾਣੀ ਦਿੰਨੇ ਆ ਪਾਣੀ ਸਾਰਾ 15 ਤੋਂ 20% ਥਾਂ ਤੇ ਲੱਗਦਾ ਉਹ ਪਾਣੀ ਜਦੋਂ ਕਬਿਲ ਰਿਐਕਸ਼ਨ ਹਥਲਿਉਂ ਦੀ ਪਾਣੀ ਜਾਂਦਾ ਇੱਕ ਤਾਂ ਤੁਹਾਨੂੰ ਨਦੀਨ ਮਾਰਨ ਵਾਸਤੇ ਠੀਕ ਗਿੱਲ ਮਿਲ ਜਾਂਦੀ ਹੈ ਨਾਲ ਦੀ ਨਾਲ ਅਸੀਂ ਬੀਡੀ ਸਾਈਡ ਦੀ ਸਪਰੇਅ ਕਰ ਦਿੰਦੇ ਹਾਂ 100% ਨਦੀਨ ਕੰਟਰੋਲ ਜਾਂਦਾ ਇੱਕ ਪਾਣੀ ਸਿੱਧੀ ਬਿਾਈ ਪੱਦਰ ਨਾਲੋਂ 40% ਘੱਟ ਲੱਗਦਾ 15% ਹੜ ਵੱਧ ਲੱਗਦਾ ਜੇ ਅੱਜ ਹੋਰ ਅੱਜ ਵੀ 2010 ਚ ਵੀ ਬੈਡ ਤੇ ਰეკਮੈਂਡੇਸ਼ਨ ਕਰ ਦਿੰਦੇ ਅੱਜ ਕਦੂ ਨਹੀਂ ਸੀ ਹੋਣਾ ਇਹ ਤੇ ਇਹਨਾਂ ਦੀਆਂ ਗਲਤੀਆਂ ਨੇ ਪਤਾ ਨਹੀਂ ਜਾਣ ਬੁੱਝ ਕੇ ਕੀਤੀ ਗਈ ਇਹਨਾਂ ਦੇ ਜਿਹੜੀ ਸਾਇੰਸ ਕਹਿੰਦੀ ਸੀਗੀ ਸਾਇੰਸ ਵਾਲਿਆਂ ਦੀ ਵੀ ਝੋਨਾ ਕਦੂ ਕੀਤੇ ਬਗੈਰ ਹੋ ਹੀ ਨਹੀਂ ਸਕਦਾ ਇਹ ਮੇਰੇ ਕੋਲ ਲਿਖਤੀ ਚਿੱਠੀਆਂ ਦੇ ਮੇਰੇ ਕੋਲ ਸਬੂਤ ਆ ਇਹਨਾਂ ਨੇ ਲਿਖ ਕੇ ਨਾ ਕੀਤਾ ਵੀ ਦਲੇਰ ਸਿੰਘ ਝੂਠ ਮਾਰਦਾ ਕਦੂ ਬਗੈਰ ਚ ਉਹ ਨਾ ਹੋ ਨਹੀਂ ਸਕਦਾ ਮੇਰੇ ਕੋਲ ਉਹਦੀ ਸਰਕਾਰੀ ਚਿੱਠੀ ਆ ਪੀਏਯੂ ਦੀ ਚਿੱਠੀ ਆ 2002 ਚ ਨਾ ਲਿਖਿਆ ਸੀ ਡਾਇਰੈਕਟਰ ਇਹ ਨਾ ਇਹ ਖਬਰ ਆਈ ਸੀ ਕਿ ਜਦੋਂ ਮੈਂ ਬੈੱਡ ਤੇ ਝੋਨਾ ਦਿਖਾਇਆ ਸੀ ਗਰੋਪ ਹੈਡੀ विदाਊਟ ਵਾਟਰ ਦੀਜ਼ ਮੈਨੂਵਲ ਟੈਨੀਓ ਕੋ ਇੱਕ ਖਬਰ ਆਈ ਸੀ ਇਨਕ੍ਰੈਡੀਬਲ ਪਰ ਟੂ ਨੌ ਦੀ ਪੈੜੀ ਇਸ ਵਿਦਾਊਟ ਵਾਟਰ ਇਸ ਦੇ ਐਫਐਸਡੀ ਉਸ ਵੇਲੇ ਆਰਨ ਗੁਪਤਾ ਹੁੰਦਾ ਸੀ ਉਹਨਾਂ ਨੇ ਰਿਪੋਰਟ ਮੰਗ ਲਈ ਡਾਇਰੈਕਟਰ ਅਗਰੀਕਲਚਰ ਤੋਂ ਉਸ ਵੇਲੇ ਆਰਕੇ ਰਾਮਪਾਲ ਸਾਡਾ ਡਾਇਰੈਕਟਰ ਹੁੰਦਾ ਸੀ ਉਹਨੇ ਇਲਾਦੋ ਮੰਗ ਲਈ ਪੀਏਯੂ ਦੇ ਡਾਇਰੈਕਟਰ ਸਰ ਤੋਂ ਉਸ ਦਿਨ ਮਿਸਟਰ ਨੰਦਾ ਹੁੰਦਾ ਸੀ ਜੀਐਨ ਦਾ ਜੀਐਸ ਨੰਦਾ ਉਹਨੇ ਪੈਰਾ ਵਿਜ਼ ਬਾਈਜ਼ ਲਿਖ ਕੇ ਭੇਜਤਾ ਵੀ ਝੋਨਾ ਨਾ ਤਾਂ ਸਿੱਧੀ ਵਿਾਈ ਬੈੱਡ ਤੇ ਹੋ ਸਕਦੀ ਕਦੂ ਕੀਤੇ ਬਗੈਰ ਤੇ ਨਾ ਹੀ ਵੱਟਾਂ ਤੇ ਝੋਨਾ ਲੱਗ ਸਕਦਾ ਉਹ ਚਿੱਠੀ ਨੰਬਰ ਸਹਾਰਾ ਮੇਰੇ ਕੋਲ ਹੈ 2007 ਚ ਫਿਰ ਜਦੋਂ ਬੈੱਡ ਤੇ ਝੋਨਾ ਦਿਖਾਇਆ ਖਬਰਾਂ ਫਿਰ ਆਈਆਂ ਤਾਂ ਫਿਰ ਉਸ ਵੇਲੇ ਮਨਜੀਤ ਸਿੰਘ ਕੰਗ ਜਿਹੜਾ ਸੀਗਾ ਹੀ ਵਾਜ਼ ਐਸ दैट ਟਾਈਮ ਵਾਈਸ ਚਾਂਸਲ ਪੀਏਯੂ ਬਲਦੇਵ ਸਿੰਘ ਢਿੱਲੋਂ ਅਸਲੇ ਡਾਇਰੈਕਟਰ ਰਿਸਰਚ ਸੀਗਾ ਪੀਏਯੂ ਚ ਇਹ ਉਹਦੇ ਨਾਲ 20 ਸਾਇੰਟਿਸਟ ਸਾਇੰਸਦਾਨ ਜਿਹੜੇ ਅਮਰੀਕਾ ਤੋਂ ਆਏ ਸੀਗੇ ਉਹਨਾਂ ਨੇ ਜਦੋਂ ਵਟਾਂ ਵਾਲਾ ਚੋਣਾ ਵੀ ਦੇਖਿਆ ਬੈੱਡ ਸਿਟਿੰਗ ਵੀ ਦੇਖੀ ਉਹਨੇ ਮੰਨਿਆ ਵੀ ਇਹ ਸਾਡੇ ਸਾਰੇ ਸਾਇੰਸਦਾਨ ਜਿਹੜੇ ਦੇਖਣ ਗਏ ਆ ਵੀ ਸਾਡੀ ਤਸੱਲੀ ਆ ਅਸੀਂ ਇਹਨੂੰ ਛੇਤੀ ਰეკਮੈਂਡ ਕਰ ਦਿਆਂਗੇ ਖਬਰ ਆਈ ਸੀ ਫਾਈਨਲੀ ਪੈਡੀ ਸੈਂਸ ਪਰਲ ਇੰਪ੍ਰੈਸਸ ਪੀਏਯੂ ਉਹਨੇ ਫਿਰ ਉਸ ਵੀਰੇ ਡਾਇਰੈਕਟਰ ਰਿਸਰਚ ਬਲਦੇਵ ਸਿੰਘ ਹੁੰਦਾ ਸੀ ਉਹਨੇ ਕਿਹਾ ਜੀ ਤੁਸੀਂ ਇਹਨੂੰ ਵਟਾਂ ਵਾਲੇ ਝੋਨੇ ਨੂੰ ਵੀ ਰეკਮੈਂਡ ਕਰੋ ਤੇ ਬੈਡ ਸੀਡਿੰਗ ਨੂੰ ਵੀ ਰეკਮੈਂਡ ਕਰੋ ਸਰਦਾਰ ਬਲਦੇਵ ਸਿੰਘ ਢਿੱਲੋਂ ਉਸ ਵੀਰੇ ਡਾਇਰੈਕਟਰ ਰਿਸਰਚ ਹੁੰਦੇ ਸੀ ਉਹਨਾਂ ਨੇ ਇਹ ਕਹਿ ਕੇ ਟਾਲਦਾ ਵੀ ਅਸੀਂ ਸਿੱਧੀ ਬਜਾਈ ਦਿੱਤਾ ਜੇ ਤਜਰਬਾ ਕਰਨਾ ਹੈ ਬੈਡ ਵਾਲੀ ਤੇ ਤੇ ਵਟਾਂ ਵਾਲੇ ਝੋਨੇ ਨੂੰ ਉਹਨਾਂ ਨੇ ਬੈਡ ਟ੍ਰਾਂਸਪਲੈਂਟਿੰਗ ਦੇ ਨਾਂ ਤੇ ਤੇ ਬਿੰਡਾਂ ਦੇ ਲਵਾਏ ਤੇ ਨਾਂ ਤੇ ਬੜੀ ਮਨ ਘੜਤ ਜੀ ਰეკਮੈਂਡੇਸ਼ਨ ਕਰਤੀ ਅੱਜ ਜੇ ਉਹ ਉਹ ਰეკਮੈਂਡੇਸ਼ਨ ਉਹ ਆਪ ਪੜ ਲੈਣਾ ਉਹਨੂੰ ਸਰਾਰਤ ਨੂੰ ਟੋ ਕਰਾਈ ਗਈ ਆ ਜਿਹੜੇ ਸਾਇੰਸ ਨੂੰ ਗੁੰਮਰਾ ਕਰਕੇ ਅੱਜ ਉਹ ਰეკਮੈਂਡੇਸ਼ਨ ਆਪ ਪੜਨ ਉਹਨਾਂ ਨੂੰ ਸ਼ਰਮ ਆਊਗੀ ਉਹਨਾਂ ਨੂੰ ਸਰ ਕਾਰਨ ਕੀ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਰეკਮੈਂਡੇਸ਼ਨ ਇਹ ਕੀਤੀ ਹੈ ਜੀ ਬੈਡ ਵੀਟ ਬੈਡ ਬਲੰਡਰ ਲਓ ਪੰਜਾਬ ਚ ਘੁੰਮ ਲੋ ਸਾਰੇ ਪੰਜਾਬ ਚ ਇੱਕ ਵੀ ਜੱਟ ਕੋਲ ਵੀਟ ਬੈਡ ਬਲੈਂਟਰ ਹੋਵੇ ਮੈਂ ਚੌਂਕ ਦੇ ਸਾਬ ਬੁਖਤ ਨੂੰ ਤਿਆਰਾਂ ਕਹਿੰਦੇ ਵੀਟ ਬੈਡ ਬਲੈਂਟਰ ਲਾਓ ਉਹਨਾਂ ਬੈਡ ਕੱਢੋ ਬੈਡ ਕਰਕੇ ਬੈਡਾਂ ਦੀ ਸਲਾਂਟਾਂ 'ਚ ਬੈਡ ਪਾਣੀ ਖੜਾ ਕਰੋ ਬੈਡਾਂ ਦੀ ਸਲਾਂਟਾਂ ਦੇ ਅੱਧ ਬਿਚਾਲੇ ਵਿਚਾਲੇ 9 9 ਸੈਂਟੀਮੀਟਰ ਦੇ ਬੂਟੇ ਲਾਓ 9 9 ਸੈਂਟੀਮੀਟਰ ਦੇ ਤਾਂ ਕਿ ਤੁਹਾਡੇ 33 ਬੂਟੇ ਪੂਰੇ ਹੋਣ 99 ਸੈਂਟੀਮੀਟਰ ਤੇ 123 ਬੂਟੇ ਬਣਦੇ 33 ਬੂਟੇ ਪੂਰੇ ਨਹੀਂ ਬਣਦੇ ਉਹ ਤੇ 133 ਇਹਨਾਂ ਇਤੇ ਹੀ 33 ਬੂਟੇ ਪੂਰੇ ਕਰਦਣ ਮੈਂ ਸਜ਼ਾ ਭੁਗਤਣ ਨੂੰ ਤਿਆਰ ਆ ਨਾ ਕਿਸੇ ਕੋਲ ਬੈਡ ਬਲੈਂਟਰ ਹੈ ਯਾਨੀ ਅੰਡਰ ਪ੍ਰੈਸ਼ਰ ਉਹਨਾਂ ਨੂੰ ਰეკਮੈਂਡ ਕਰਨੀ ਭਈ ਰეკਮੈਂਡੇਸ਼ਨ ਕਰਾਉਣ ਵਾਲਾ ਸੁਨਿੰਦਰ ਸਿੰਘ ਕੋਕਰ ਗੁਰਜੇੜਾ ਐਸਬੀ ਡੀਨ ਕਾਲਜ ਆਫ ਐਗਰੀਕਲਚਰ ਜਿਹੜੀ ਨੇ ਮੈਨੂੰ 2017 ਚ ਲਿਖਿਆ ਸੀ ਵੀ ਜੱਟਾਂ ਨੂੰ ਬੁੱਧੂ ਨੰਬਰ 2007 ਚ ਸੀ ਰਕਮ ਇਹਨੂੰ ਫੇਲ ਕਰ ਚੁੱਕੇ ਆ ਇਹ ਫੇਲ 2007 ਜਿਹੜੀ ਰეკਮੈਂਡੇਸ਼ਨ ਆਈ ਹੈ ਬੈਡਾਂ ਤੇ ਲਵਾਈ ਤੇ ਬੈਡ ਟ੍ਰਾਂਸਪਲੈਂਟੇਜ ਉਹ ਇਨੀ ਗਲਤ ਰეკਮੈਂਡ ਕਰਤੀ ਇਹਨਾਂ ਨੂੰ ਆਪ ਨਹੀਂ ਸੀ ਪਤਾ ਵੀ ਇਸ ਨਾ ਇਹਨਾਂ ਸਾਇੰਸ ਦਾ ਉਹਨਾਂ ਨੂੰ ਪਤਾ ਸੀ ਨਾ ਸਾਡੇ ਐਗਰੀਕਲਚਰ ਦਾ ਸਾਨੂੰ ਪਤਾ ਸੀ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹਨਾ ਵੀਡੀਓ ਤੁਹਾਡਾ ਲੰਬਾ ਹੋ ਜਾਣਾ ਬਈ ਹਰ ਫਸਲ ਨੂੰ ਜਿਹੜੀ ਕੋਈ ਨਵੀਂ ਰეკਮੈਂਡੇਸ਼ਨ ਆਉਂਦੀ ਹੈ ਖਾੜੀ ਸੌਣੀ ਦੀ ਆਫੀਸਰ ਵਰਕਸ਼ਾਪ ਹੁੰਦੀ ਆਫੀਸਰ ਵਰਕਸ਼ਾਪ ਦੇ ਵਿੱਚ ਉਹਨਾਂ ਨੂੰ ਇਹ ਰੱਖਣਾ ਪੈਂਦਾ ਜਿਹੜੀ ਕੋਈ ਨਵੀਂ ਰეკਮੈਂਡੇਸ਼ਨ ਆਈ ਹੈ 2007 ਦੀ ਇਹ ਰეკਮੈਂਡੇਸ਼ਨਾਂ 2019 ਤੱਕ ਇਹਨਾਂ ਨੇ ਕਿਸੇ ਵੀ ਵਰਕਸ਼ਾਪ 'ਚ ਰੱਖੀ ਹੋਵੇ ਜਾਂ ਉਹਦੇ ਤੇ ਇਹਦੀ ਕੋਈ ਡਿਸਕਸ਼ਨ ਹੋਈ ਹੋਵੇ ਤੇ ਔਰ ਜਦੋਂ ਕੈਂਪ ਉਸ ਵਰਕਸ਼ਾਪ ਚ ਰੱਖਣਾ ਪੈਂਦਾ ਉਸ ਵਰਕਸ਼ਾਪ ਚੋਂ ਗੱਲ ਪਾਸ ਹੁੰਦੀ ਆ ਫਿਰ ਅੱਗੇ ਜਾ ਕੇ ਕੈਂਪ ਲੱਗਦੇ ਨੇ ਅਪ੍ਰੈਲ ਤੋਂ ਸ਼ੁਰੂ ਹੋ ਜਾਂਦੇ ਨੇ ਕੈਂਪ ਲੱਗਣੇ ਪਹਿਲੇ ਡਿਸਟ੍ਰਿਕਟ ਲੈਵਲ ਦਾ ਕੈਂਪ ਲੱਗਦਾ ਉਹਨਾਂ ਦੇ ਵਿੱਚ ਇਹਨਾਂ ਦਾ ਸਭ ਤੋਂ ਸੀਨੀਅਰ ਸਾਇੰਟਿਸਟ ਉਹਦੇ ਹੱਕ 'ਚ ਬੋਲਦਾ 2007 ਤੋਂ 2019 ਤੱਕ ਇਹਨਾਂ ਦਾ ਇੱਕ ਵੀ ਸਾਇੰਤ ਸਾਇੰਦਾਨ ਬੈਡ ਟ੍ਰਾਂਸਪਲੈਂਟੇਟ ਦੇ ਬੈਡਾਂ ਤੇ ਲਵਾਈ ਦੀ ਕੋਈ ਰეკਮੈਂਡੇਸ਼ਨ ਨਹੀਂ ਕੈਂਪ ਚ ਬੋਲੀ ਹੋਵੇ ਮੈਂ ਸਦਾ ਬਖਤਵਾਂ ਤਿਆਰ ਕਿਉਂਕਿ ਇਹਨਾਂ ਦੀ ਰეკਮੈਂਡੇਸ਼ਨ ਇੰਨੀ ਹਾਸੋਣੀ ਨਹੀਂ ਇੰਨੀ ਸ਼ਰਮਸਾਰ ਹੈ ਕਿ ਆਪ ਪੜ੍ਹ ਕੇ ਇਹਨਾਂ ਨੂੰ ਸ਼ਰਮ ਆ ਗਈ ਇਹ ਜਿਵੇਂ ਤੁਸੀਂ ਦੱਸ ਰਹੇ ਹੋ ਗੱਲਬਾਤ ਉਹ ਇਸ ਤਰ੍ਹਾਂ ਲੱਗ ਰਿਹਾ ਵੀ ਜਿਵੇਂ ਕੋਈ ਵੱਡੀ ਪਾਵਰ ਜੀੜ ਇਸ ਦੇ ਪਿੱਛੇ ਕੰਮ ਕਰ ਰਹੀ ਹੋਵੇ ਕਿਉਂਕਿ ਜਦੋਂ ਤੁਸੀਂ ਇੰਨੀ ਮਿਹਨਤ ਕਰ ਰਹੇ 1995 ਤੋਂ ਲੱਗਿਓ ਪੰਜਾਬ ਦੇ ਭਲੇ ਵਾਸਤੇ ਤੇ ਹਰ ਆਪਣੀ ਜਿਹੜੀ ਗੱਲਬਾਤ ਉਹਦੇ ਵਿੱਚ ਅਕਸਰ ਕਹਿੰਦੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਤ ਜਿੱਥੇ ਕਿਸਾਨਾਂ ਨੂੰ ਇਸ ਤਰ੍ਹਾਂ ਦੀ ਸੁਨੇਹਾ ਦਿੰਦੇ ਨੇ ਤੇ ਇਹ ਸੱਚਮੁੱਚ ਗੱਲ ਸਹੀ ਏ ਵੀ ਕਾਫੀ ਕਿਸਾਨ ਨੇ ਜਿਹੜੇ ਇਸ ਤਕਨੀਕੀ ਤੋਂ ਖੁਸ਼ ਨੇ ਖੁਸ਼ ਨੇ ਤੇ ਇਸ ਤੋਂ ਇਹ ਲੱਗ ਰਿਹਾ ਕਿ ਸੱਚਮੁੱਚ ਹੀ ਕੋਈ ਹੋਰ ਪਿੱਛੇ ਪਾਵਰ ਹੈ ਜਿਵੇਂ ਮੈਂ ਅਕਸਰ ਪਹਿਲਾਂ ਵੀ ਆਪਾਂ ਗੱਲ ਕਰੀ ਕਿ ਜਿਵੇਂ ਖਰਚਾ ਬਚੇਗਾ ਕਿਸਾਨਾਂ ਦਾ ਤੇਲ ਦਾ ਕੀਟਨਾਸ਼ਕ ਦਾ ਉਲੀਨਾਸ਼ਕ ਦਾ ਤੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਲੱਗ ਰਹੀ ਨੀ ਮੈਂ ਦੇਖੋ ਜੀ ਇਹਨਾਂ ਦੀ ਜਿਹੜੀ ਇਹ ਜਿਹੜੀ ਅੰਧਵਿਸ਼ਵਾਸ ਹੈ ਨਾ ਜਿਹੜੇ ਸਾਡੇ ਸਾਇੰਸ ਹੈ ਇਹਦੇ ਬੁੱਕਿਸ ਨੌਲੇਜ ਹੈ ਜਿਹੜੀ ਕਿ ਕਦੂਬਗਰ ਚੋਂ ਨਾ ਹੋ ਨਹੀਂ ਸਕਦਾ ਉਹ ਖਾ ਵੀ ਹੋਇਆ ਨਾ ਉਹ ਗੁਰਪਾ ਵੀ ਹੋਇਆ ਸੀ ਜੇ ਸਰਦਾਰ ਬਲਦੇਵ ਸਿੰਘ ਤਿੰਨੋਂ ਕਿਤੇ ਜਾ ਕੇ ਫਸਲ ਜਦੋਂ ਮੈਂ 2005 ਜਦੋਂ ਡਾਇਰੈਕਟਰ ਰਿਸਰਚ ਲੱਗ ਕੇ ਆ ਮੈਂ ਇਹਦੇ ਗਿਆ ਮੈਨੂੰ ਮੈਂ ਕਿਹਾ ਤਿੰਨੋਂ ਸਾਹਿਬ ਮੈਂ ਇਸ ਤਰ੍ਹਾਂ ਬੱਟਾਂ ਤੇ ਝੋਨਾ ਲਾਇਆ ਮੇਰਾ ਬਹੁਤ 2069 ਦਾ ਮੇਰੇ ਵਾਕਫ ਨੇ ਅਸੀਂ ਇਕੱਠੇ ਖਾਤਾ ਕਰ ਜਾਂ ਬਸਰ ਵਧਦੇ ਰਹੇ ਹੂੰ ਬੀਮੇ ਵਟਾਂ ਤੇ ਝੋਨਾ ਲਾਇਆ ਤੇ ਬੈੱਡ ਸੀਡਿੰਗ ਕੀਤੀ ਤੁਸੀਂ ਦੇਖਣਾ ਉਹ ਕਹਿੰਦਾ ਯਾਰ ਤੇਰੇ ਜਮਾਤੀ ਦੇ ਮੰਦੇ ਨਹੀਂ ਕਿ ਕਹਿੰਦਾ ਉਹ ਕਹਿੰਦੇ ਵੀ ਹੋ ਨਹੀਂ ਸਕਦਾ ਮੈਂ ਕਿਹਾ ਦੇਖਣ ਤਾ ਆਓ ਜੇ ਉਹ ਦੇਖਣਾ ਆ ਜਾਂਦਾ ਉਹਨੂੰ ਇੱਕ ਮੇਰਾ ਜਮਾਤੀ ਸੀ ਇਹ ਕਹਿੰਦਾ ਵੀ ਦਲੇਰ ਸਿੰਘ ਕੋਲੇ ਮੈਂਥੇ ਦੇ ਪਲਾਂਟ ਨੇ ਇਹਦੇ ਕੋਲ ਮੈਂਥੇ ਦੀ ਵੇਸ ਜਿਹੜੇ ਪੱਤੇ ਬੜੇ ਨੇ ਇਹਦੇ ਦੀ ਜ਼ਮੀਨ 'ਚ ਇੰਨੇ ਪੱਤੇ ਨੇ ਕਿ ਉੱਥੇ ਸਭ ਕੁਝ ਹੋ ਸਕਦਾ ਪੰਜਾਬ ਦੀ ਆਮ ਜ਼ਮੀਨ ਦੇ ਵਿੱਚ ਕਦੂ ਕੀਤੇ ਬਗਰ ਝੋਨਾ ਹੋ ਨਹੀਂ ਸਕਦਾ ਇਹਨੂੰ ਗਲਤ ਪੜਾਇਆ ਗਿਆ ਔਰ ਉਸ ਗਲ ਉਹ ਗਲਤ ਪੜਾਈ ਚ ਇਹਨੇ ਦੇਖਣੀ ਨਹੀਂ ਆਇਆ ਦੇਖਣਾ ਆ ਜਾਂਦਾ ਸ਼ਾਇਦ ਮੇਰੇ ਖਿਆਲ ਉਸ ਵੇਲੇ ਰეკਮੈਂਡ ਕਰ ਦਿੰਦੇ ਜੀ ਅੰਤ ਚ ਚੱਲਦੇ ਚੱਲਦੇ ਕਿਸਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਕਿਸਾਨਾਂ ਨੂੰ ਤਾਂ ਇਹ ਕਹਿ ਦਿੰਨਾ ਵੀ ਕੱਦੂ ਕੰਨਾ ਛੱਡ ਦਿਓ ਬੰਦ ਕਰ ਦਿਓ ਤੇ ਪਰਾਲੀ ਨੂੰ ਬਿਲਕੁਲ ਅੱਗ ਨਾਲ ਨਾ ਉਹ ਇਹੀ ਪਰਾਲੀ ਤੁਹਾਡੇ ਵਾਸਤੇ ਵਰਦਾਨ ਸਿੱਧ ਹੋਊਗੀ ਇਹ ਕੱਦੂ ਜਿੱਦਨ ਕਰਨਾ ਛੱਡ ਦਿੱਤਾ ਇਹ ਪਰਾਲੀ ਜਿਹੜੀ ਥੋੜੀ ਚੌਪ ਕੀਤੀ ਹੋਈ ਵੱਡੀ ਪਰਾਲੀ ਕੁਤਰੀ ਵੀ ਪਰਾਲੀ ਜਿਹੜੀ ਕਮਾਈ ਤੋਂ ਬਾਅਦ ਇਹ ਆਰਾਮ ਨਾਲ ਤੁਹਾਡੇ ਖੇਤਾਂ ਚ ਰਲ ਜਾਏਗੀ ਗੰਡੋਏ ਖਾ ਕੇ ਤੁਹਾਨੂੰ ਦੀ ਵਰਮੀ ਕੰਪੋਸਟ ਬਣਾਣੀ ਹੈ 50-40 ਸਾਲਾਂ ਬਾਅਦ ਤੁਹਾਨੂੰ ਕੈਮੀਕਲ ਖਾਦ ਦੀ ਬਹੁਤ ਘੱਟ ਲੋੜ ਰਹਣੀ ਹੈ 15-20% ਲੋੜ ਰਹੇ ਜਾਣੀਆਂ ਤੁਹਾਡੀ ਜਿਹੜੀ ਆਮ ਖੇਤੀ ਜ਼ਿਆਦਾ ਜੈਵਿਕ ਲੋੜ ਹੋ ਜੂਗੀ ਸਿਰਫ ਤੇ ਸਿਰਫ ਸਾਡੇ ਕੋਲ ਇੱਕ ਚੀਜ਼ ਦਾ ਬਦਲਣੀ ਆਰਗੇਨਿਕ ਦੇ ਵਿੱਚ ਉਹ ਵੀ ਦੀ ਸਾਈਜ਼ ਦਾ ਨਦੀਨ ਨਾਸ਼ਕ ਦਾ ਬਾਕੀ ਤੁਹਾਡਾ ਖਾਦਾਂ ਵਗੈਰਾ ਵੀ ਸੱਜੂਗਾ ਕੀੜੇ ਮਾਰ ਦਵਾਈਆਂ ਵਗੈਰਾ ਵੀ ਸੱਜੂਗਾ ਉਲੀ ਮਾਰ ਦਵਾਈਆਂ ਬਗਰ ਵੀ ਸਰਜੂਗਾ ਕੱਲਾ ਕੱਲਾ ਇੱਕੋ ਕੈਮੀਕਲ ਵਰਤੋਂਗੇ ਉਹ ਵੀ ਡੀਸਾਈਡ ਨਦੀਨ ਮਾਰਨ ਵਾਸਤੇ ਬਾਕੀ ਤੁਹਾਡੀ ਸਾਰੀ ਖੇਤੀ ਜੈਵਿਕ ਹੋ ਜਾਏਗੀ ਤੁਹਾਡੀਆਂ ਸੇਤਾਂ ਚੰਗੀਆਂ ਹੋ ਜੀਆਂ ਧਰਤੀ ਦਾ ਪਾਣੀ ਉੱਤੇ ਆਉਣਾ ਸ਼ੁਰੂ ਹੋ ਜਾਗਾ ਤੁਹਾਡੇ ਮਿੱਤਰ ਗਢੋਏ ਇਹਦੇ ਵਿੱਚ ਬਣਨਗੇ ਤੁਹਾਡੀ ਜ਼ਮੀਨ ਵਧਿਆ ਕਰਨਗੇ ਤੁਹਾਡੀ ਵਾਟਰ ਹੋਲਡਿੰਗ ਕੈਪੈਸਿਟੀ ਵਧ ਜੂਗੀ ਪਾਣੀ ਦਾ ਖਰਚਾ ਘਟੂਗਾ ਕਿਉਂਕਿ ਜ਼ਮੀਨ ਦੀ ਜਦੋਂ ਵਾਟਰ ਦੀ ਹੋਲਡਿੰਗ ਕੈਪੈਸਿਟੀ ਵਧ ਜਾਂਦੀ ਹੈ ਬਿਜਲੀ ਦਾ ਖਰਚਾ ਬਚੇਗਾ ਤੋਂ ਉਸ ਵੇਲੇ ਬਿਜਲੀ ਦੇਣ ਚ ਵੀ ਬਿਜਲੀ ਦੇ ਬਿੱਲ ਦੇਣ ਚ ਵੀ ਨਹੀਂ ਤਕਲੀਫ ਹੋਊਗੀ ਜਾਂ ਗਵਰਨਮੈਂਟ ਨੂੰ ਜਿੱਥੇ ਇਸ ਵੇਲੇ ਜੱਟ 25 ਹਾਰਸ ਪਾਵਰ ਦੀ ਮੋਟਰ ਤੇ ਸਬਸਿਡੀ ਦੇ ਰਿਹਾ ਫ੍ਰੀ ਦੇ ਰਿਹਾ ਤੇ 5 ਹਾਰਸ ਪਾਵਰ ਦੀ ਦੇਣ ਚ ਉਹਨਾਂ ਨੂੰ ਤਕਲੀਫ ਨਹੀਂ ਹੋਏਗੀ ਇਸ ਕਰਕੇ ਕੱਦੂ ਕਾਰਨਾ ਬੰਦ ਕਰ ਦੇਣਾ ਸਰਕਾਰ ਨੂੰ ਚਾਹੀਦਾ ਕੱਦੂ ਬੰਦ ਕਰ ਦੇਣ ਕਿਉਂਕਿ ਇਸ ਐਰਗੀ ਫਾਰਮਰਜ਼ ਦੀ ਜਿਹੜੀ ਮੀਟਿੰਗ ਹੋਈ ਚੀਫ ਮਿਨਿਸਟਰ ਸਾਹਿਬ ਨਾਲ ਫਾਰਮਰਸ ਨੇ ਕਿਹਾ ਸਾਡਾ ਕਿਹੜਾ ਕਦੂਦੋ ਛੜਾਓ ਜਿਹੜੇ ਜਿਨ੍ਹਾਂ ਨੇ ਵਟਾਂ ਤੇ ਝੋਨਾ ਲਾਇਆ ਉਹਨੇ ਇੱਕ ਇੱਕ ਫਾਰਮਰ ਮਾਝੇ ਤੋਂ ਬੋਲਿਆ ਜੀ ਮੈਂ ਵਟਾਂ ਦੇ ਬਾਸਮਦੀ ਲਾਈ ਹੈ ਤੇ ਕਈ ਐਕਸਪੋਰਟਰ ਦੇਖਣ ਆਏ ਨੇ ਉਹ ਬਾਸਮਦੀ ਦੇਖ ਕੇ ਬੜੇ ਹੈਰਾਨ ਹੋਏ ਨੇ ਮੈਂ ਕੋਈ ਜ਼ਹਿਰ ਨਹੀਂ ਪਾਈ ਕੋਈ ਉਲੀ ਮਾਰ ਦਵਾਈ ਨਹੀਂ ਪਾਈ ਸਿਰਫ ਤੇ ਸਿਰਫ ਮੈਂ ਬੀਡੀ ਸਾਈਡ ਦੀ ਸਪਰੇਅ ਕੀਤੀ ਆ ਜਾਂ ਥੋੜੀ ਜੀ ਖਾਦ ਪਾਈ ਹੈ ਯੂਰੇ ਵੀ ਘੱਟ ਪਾਇਆ ਸੋ ਕਿਸਾਨ ਵੀਰੋ ਇਸ ਹਨ ਡਾਕਟਰ ਦਲੇਰ ਸਿੰਘ ਜੀ ਤੁਹਾਡੇ ਇਸ ਚਰਚਾ ਦੌਰਾਨ ਕੋਈ ਸਵਾਲ ਹੋਣ ਮਨ ਦੇ ਵਿੱਚ ਤੁਸੀਂ ਕਮੈਂਟ ਦੇ ਵਿੱਚ ਆਪਣਾ ਸਵਾਲ ਲਿਖ ਸਕਦੇ ਹੋ ਤੁਹਾਨੂੰ ਇਹ ਚਰਚਾ ਕਿਵੇਂ ਲੱਗੀ ਇਸ ਬਾਰੇ ਜਰੂਰ ਆਪਣੀ رائے ਦੇਣਾ ਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ